ਸਵੇਰੇ ਆਣ ਕੇ ਜਦੋਂ ਸ਼ਟਰ ਖੋਲ੍ਹੇ ਆ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਵਾਰਦਾਤ ਕੋਈ ਲੋਕ ਟੁੱਟਾ ਲੱਗਦਾ। ਜਦੋਂ ਅਸੀਂ ਆਣ ਕੇ ਵੇਖਿਆ ਵੀ ਸਾਡੇ ਸਾਰੇ ਕਾਗਜ਼ ਪੱਤਰ ਕਿੰਦਰੇ ਆ, ਗੱਲੇ 'ਚੋਂ ਵੀ ਪੈਸੇ ਨਿਕਲੇ, ਨਗਦੀ 12,000 ਦੇ ਕਰੀਬ ਸੀ। ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਕੱਕੜ ਬਰਤਨ ਸਟੋਰ ਕੇਮਪਨ ਰੋਡ 'ਤੇ ਆ, ਇਹਦੇ ਪਿੱਛੇ ਮੈਨੂੰ ਜਿਹੜਾ ਬਿਲਡਿੰਗ ਨੂੰ ਟੱਪ ਕੇ ਅਤੇ ਉੱਪਰਲੇ ਦਰਵਾਜ਼ੇ ਤੋਂ ਨਹੀਂ ਅੰਦਰ ਦਾਖਲ ਹੋ ਗਏ, ਇਹਦੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂਬੇ ਦੇ ਜੱਗ, ਜੱਗਾਂ ਦੇ ਦੋ ਬੋਰੇ, ਤਾਂਬੇ ਦੀਆਂ ਗੜਵੀਆਂ, ਦੋ ਸਾਡੇ ਇਨਵੇਟਰ, ਜੂਸਰ, ਮਿਕਸੀਆਂ, ਕਾਫੀ ਨੁਕਸਾਨ ਸਾਡਾ 50,000 ਤੋਂ ਉੱਪਰ, 60,000 ਤੋਂ ਉੱਪਰ ਸਾਡਾ ਨੁਕਸਾਨ ਕਰਕੇ ਗਿਆ। ਜ਼ਿਆਦਾ ਹੀ ਹੋਏਗਾ ਵੀ ਅੰਦਾਜ਼ਾ ਅਸੀਂ ਲਗਾ ਰਹੇ ਹਾਂ। ਸੀਸੀਟੀਵੀ ਸਾਨੂੰ ਅਸੀਂ ਸਾਹਮਣੇ ਆਈ ਹੈ, ਉਹਦੇ ਸੰਬੰਧ ਵਿੱਚ ਆਸ ਪਾਸ ਦੇ ਕੈਮਰੇ ਹੋਰ ਅਸੀਂ ਖੰਗਾਲ ਰਹੇ ਹਾਂ ਅਤੇ ਜਲਦੀ ਜਿਹੜਾ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ। ਬਰਤਨ ਸਟੋਰ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਨਗਦੀ ਅਤੇ ਕੀਮਤੀ ਸਮਾਨ ਲੈ ਕੇ ਚੋਰ ਹੋਏ ਫਰਾਰ, ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ। ਤਰਨਤਾਰਨ ਦੇ ਕਸਬਾ ਭਿੱਖੀਵਿੰਡ ਤੇ ਕੱਟੜ ਬਰਤਨ ਸਟੋਰ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੀ ਪਿਛਲੀ ਬਿਲਡਿੰਗ ਟੱਪ ਕੇ ਉੱਪਰਲੇ ਦਰਵਾਜ਼ੇ ਥਾਣੀ ਦਾਖਲ ਹੋ ਕੇ ਦੁਕਾਨ ਅੰਦਰੋਂ ਨਗਦੀ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਦੁਕਾਨ ਦੇ ਮਾਲਕ ਮੋਹਿਤ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੇਰ ਰਾਤ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਅਤੇ ਜਦ ਉਹਨਾਂ ਨੇ ਸਵੇਰੇ ਆਣ ਕੇ ਵੇਖਿਆ ਤਾਂ ਦੁਕਾਨ ਦੇ ਉੱਪਰਲੇ ਪਾਸੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਦੁਕਾਨ ਦੇ ਅੰਦਰੋਂ ਸਾਰਾ ਸਮਾਨ ਖਿਲ ਰਿਹਾ ਹੋਇਆ ਸੀ ਅਤੇ ਦਰਾਜ਼ ਵਿੱਚ ਪਿਆ 12,000 ਰੁਪਏ ਅਤੇ ਤਾਂਬੇ ਦੇ ਬਰਤਨ ਅਤੇ ਹੋਰ ਕੀਮਤੀ ਸਮਾਨ ਚੁੱਕ ਕੇ ਫਰਾਰ ਹੋ ਗਏ ਨੇ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਨੇ ਉਹਨਾਂ ਦੇ ਕੁਝ ਦਿਨਾਂ ਪਹਿਲਾਂ ਉਹਨਾਂ ਦੀ ਨਾਲ ਵਾਲੀ ਦੁਕਾਨ 'ਚ ਚੋਰੀ ਕੀਤੀ ਸੀ। ਪੀੜਤ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਜਾਣਕਾਰੀ ਉਹਨਾਂ ਵੱਲੋਂ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉੱਧਰ ਜਦ ਇਸ ਮਾਮਲੇ ਸੰਬੰਧੀ ਥਾਣਾ ਭਿੱਖੀਵਿੰਡ ਦੇ SHO ਬਲਵਿੰਦਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਮੇਰਾ ਨਾਮ ਜੀ ਮੋਹਿਤ ਕੁਮਾਰ, ਸਾਨੂੰ ਸ਼੍ਰੀ ਰਮੇਸ਼ ਕੁਮਾਰ। ਦੁਕਾਨ ਦਾ ਕੀ ਨਾਮ? ਮੇਰੀ ਦੁਕਾਨ ਦਾ ਨਾਮ ਹੈਗਾ ਜੀ ਕੱਕੜ ਬਰਤਨ ਸਟੋਰ, ਖੇਮਕਾ ਰੋਡ ਤੇ ਪੈਟਰੋਲ ਪੰਪ ਦੇ ਲਾਗੇ ਵੱਡੀ ਦੁਕਾਨ ਹੈ ਸਾਡੀ, ਦੋ ਦੁਕਾਨਾਂ ਸਾਡੀਆਂ ਕੱਕੜ ਏਜੰਸੀ ਦੇ ਨਾਮ ਤੇ ਤੇ ਕੱਕੜ ਬਰਤਨ ਸਟੋਰ ਦੇ ਨਾਮ ਤੇ। ਕੀ ਗੱਲ ਹੋਈ ਹੈ ਜੀ ਜਿਹੜੀ? ਰਾਤੀ ਅਸੀਂ ਦੁਕਾਨ ਜੀ ਬੰਦ ਕਰਕੇ ਗਏ, ਚੰਗੀ ਭਲੀ ਕੋਈ ਗੱਲਬਾਤ ਨਹੀਂ ਗੀ। ਸਵੇਰੇ ਆਣ ਕੇ ਜਦੋਂ ਸ਼ਟਰ ਖੋਲ੍ਹੇ ਆ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਵਾਰਦਾਤ ਕੋਈ ਲੋਕ ਟੁੱਟਾ ਲੱਗਦਾ। ਜਦੋਂ ਅਸੀਂ ਆਣ ਕੇ ਵੇਖਿਆ ਵੀ ਸਾਡੇ ਸਾਰੇ ਕਾਗਜ਼ ਪੱਤਰ ਕਿੰਦਰੇ ਆ, ਗੱਲੇ 'ਚੋਂ ਵੀ ਪੈਸੇ ਨਿਕਲੇ, ਨਗਦੀ 12,000 ਦੇ ਕਰੀਬ ਸੀ। ਸਾਡੇ ਆਪਣਾ ਪਿੱਛੋਂ ਤਾਂ ਕਈ ਜਾਂਦੇ ਗਏ ਆ, ਜੋ ਅਲਮਾਰੀਆਂ ਸਭ ਖੋਲੀਆਂ, ਤਾਂਬੇ ਦੇ ਜੱਗ, ਜੱਗਾਂ ਦੇ ਦੋ ਬੋਰੇ, ਤਾਂਬੇ ਦੀਆਂ ਗੜਵੀਆਂ, ਦੋ ਸਾਡੇ ਇਨਵੇਟਰ, ਜੂਸਰ, ਮਿਕਸੀਆਂ, ਕਾਫੀ ਨੁਕਸਾਨ ਸਾਡਾ 50,000 ਤੋਂ ਉੱਪਰ, 60,000 ਤੋਂ ਉੱਪਰ ਸਾਡਾ ਨੁਕਸਾਨ ਕਰਕੇ ਗਿਆ। ਜ਼ਿਆਦਾ ਹੀ ਹੋਏਗਾ ਵੀ ਅੰਦਾਜ਼ਾ ਅਸੀਂ ਲਗਾ ਰਹੇ ਹਾਂ। ਅਤੇ ਬਾਕੀ ਅਸੀਂ ਸੀਸੀਟੀਵੀ ਕੈਮਰੇ ਲਗਾਏ ਆ, ਉਹਨਾਂ ਦੇ ਵਿੱਚ ਆਏ ਆ ਬੰਦੇ, ਉਹ ਉਹਨਾਂ ਨੇ ਬਾਕੀ ਇਹ ਵਾਰਦਾਤ ਅੱਜ ਤੋਂ 15-20 ਦਿਨ ਪਹਿਲਾਂ ਸਾਡੇ ਗੁਆਂਢ ਦੁਕਾਨ ਹੈਗੀ ਆ ਧਵਨ ਹਾਰਡਵੇਅਰ ਸਟੋਰ, ਉਹਨਾਂ 'ਤੇ ਇਹਨਾਂ ਵਾਰਦਾਤ ਕੀਤੀ ਹੈ ਜੀ। ਉਹੀ ਮੁੰਡੇ ਆਏ ਅਤੇ ਉਹੀ ਕਈ ਰਲਾਈਆਂ ਨਾਲ ਚੱਕਲਾਂ, ਉਹੀ ਚੱਕਲਾਂ ਹੈ ਆਉਂਦੀਆਂ ਪਈਆਂ, ਹੋਲੀਏ ਉਹੀ ਆਉਂਦੇ ਪਏ ਆ। ਨਾ ਤਾਂ ਉਹਨਾਂ ਦੀ ਕਾਰਵਾਈ ਕੋਈ ਅਜੇ ਤੱਕ ਹੋਈ ਆ ਅਤੇ ਨਾ ਸਾਡੀ ਕੋਈ। ਜਿਹੜੀ ਦਰਮਿਆਨੀ ਰਾਤ ਜਿਹੜੀ ਹੈ, 3 ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਕੱਕੜ ਬਰਤਨ ਸਟੋਰ ਕੇਮਕਨ ਰੋਡ 'ਤੇ ਆ, ਇਹਦੇ ਪਿੱਛੇ ਮੈਨੂੰ ਜਿਹੜਾ ਬਿਲਡਿੰਗ ਨੂੰ ਟੱਪ ਕੇ ਅਤੇ ਉੱਪਰਲੇ ਦਰਵਾਜ਼ੇ ਤੋਂ ਨਹੀਂ ਅੰਦਰ ਦਾਖਲ ਹੋ ਗਏ, ਇਹਦੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਰ ਕੀ ਕੋਈ ਪਤਾ ਲੱਗ ਸਕਿਆ ਕਿ ਕਿਹੜੇ ਵਿਅਕਤੀ ਸਨ ਅਤੇ ਕੀ ਸਮਾਨ? ਇਹਦੇ ਵਿੱਚ ਸੀਸੀਟੀਵੀ ਸਾਨੂੰ ਅਸੀਂ ਸਾਹਮਣੇ ਆਈ ਹੈ, ਉਹਦੇ ਸੰਬੰਧ ਵਿੱਚ ਆਸ ਪਾਸ ਦੇ ਕੈਮਰੇ ਹੋਰ ਅਸੀਂ ਖੰਗਾਲ ਰਹੇ ਹਾਂ ਅਤੇ ਜਲਦੀ ਜਿਹੜਾ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ। ਦ ਇਵਨ ਮੀਡੀਆ ਚੈਨਲ ਲਈ ਤਰਨ ਤਾਰਨ ਤੋਂ ਹਰਮਨ ਦੀ ਖਾਸ ਰਿਪੋਰਟ।